ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਈਸਾਈ ਧਰਮ ਫੈਲ ਰਿਹਾ ਔਰ ਜਿਹੜੀ ਇਹਨਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਜਾਂ ਫਿਰ ਕਹਿ ਲਈਏ ਕਿਸ ਤਰੀਕੇ ਦੇ ਨਾਲ ਇਹ ਪ੍ਰਚਾਰ ਕਰਦੇ ਨੇ ਔਰ ਕਿਵੇਂ ਇਸ ਨੂੰ ਰੋਕਿਆ ਜਾ ਸਕਦਾ ਹੈ, ਕਿਉਂਕਿ ਇਸ ਦੇ ਤੌਰ ਦੇ ਉੱਪਰ ਜੇਕਰ ਗੱਲ ਕਰੀਏ ਤਾਂ ਹੁਣ ਗੱਲਾਂ ਚਰਚਾ ਦਾ ਵਿਸ਼ਾ ਬਣ ਗਈਆਂ ਕਿ ਇਹ ਪਖੰਡਵਾੜ ਹੈ, ਜਿਵੇਂ ਮੁਰਦਿਆਂ ਨੂੰ ਜ਼ਿੰਦਾ ਕਰਨਾ, ਬਿਮਾਰ ਲੋਕਾਂ ਨੂੰ ਠੀਕ ਕਰਨਾ ਔਰ ਅਜਿਹੀਆਂ ਹੋਰ ਚਰਚਾਵਾਂ ਨੇ। ਸੋ ਗੁਰਪ੍ਰੀਤ ਸਿੰਘ ਉਦਾਸੀ ਸਾਡੇ ਨਾਲ ਗੱਲਬਾਤ ਕਰਦੇ ਹਾਂ। ਗੁਰਪ੍ਰੀਤ ਜੀ, ਇਹ ਤੁਸੀਂ ਕਿਵੇਂ ਪ੍ਰਤੀਕਿਰਿਆ ਤੁਹਾਡੀ ਕੀ ਹੈ, ਤੁਸੀਂ ਕਿਸ ਤਰੀਕੇ ਨਾਲ ਐਕਸ਼ਨ ਲੈਣਾ ਹੈ, ਉਪਰਾਲਾ ਕੀ ਕਰਨਾ? ਤੁਸੀਂ ਹੁਣ ਬਾਹਰਲੇ ਸੂਬੇ ਤੋਂ ਅੱਜ ਪੰਜਾਬ ਪਹੁੰਚੇ ਹੋ, ਕਿਸ ਤਰੀਕੇ ਨਾਲ ਉਪਰਾਲੇ ਕਰੋਗੇ ਇਹਨਾਂ ਨੂੰ ਰੋਕਣ ਦੇ? ਦੇਖੋ, ਸਭ ਤੋਂ ਪਹਿਲਾਂ ਜਿਹੜਾ ਇਹਨੇ ਲਫ਼ਜ਼ ਕ੍ਰੂਸੇਡ ਵਰਤਿਆ ਨਾ, ਉਹਦੇ ਉੱਪਰ ਕਾਨੂੰਨੀ ਕਾਰਵਾਈ ਹੋਏਗੀ ਧਾਰਾਵਾਂ ਲਾ ਕੇ। ਉਹਦੇ ਬਾਅਦ ਇਹ ਤਾਂ ਹੋ ਗਿਆ ਕਾਨੂੰਨੀ ਕਾਰਵਾਈ, ਫਿਰ ਉਹਦੇ ਬਾਅਦ ਜਿਵੇਂ ਮੈਂ ਦੱਸਿਆ ਵੀ ਇਹਨਾਂ ਨੂੰ ਅਸੀਂ ਚੈਲੰਜ ਕੀਤਾ ਹੋਇਆ, ਜਾਂ ਤਾਂ ਸਾਡਾ ਮੁਰਦਾ ਠੀਕ ਕਰਕੇ ਦੇਣਗੇ, ਸਾਡਾ ਹੀ ਮਰੀਜ਼ ਠੀਕ ਕਰਨਗੇ, ਜਾਂ ਫਿਰ ਓਪਨਲੀ ਡਿਬੇਟ ਕਰਨਗੇ। 3 ਹਫ਼ਤੇ ਟਾਈਮ ਹੈਗਾ, ਜੇ ਨਹੀਂ ਕਰਦੇ ਫਿਰ ਅਸੀਂ ਇੱਕ ਤਾਂ ਕਾਨੂੰਨੀ ਕਾਰਵਾਈ ਕਰਾਂਗੇ ਪੱਕਾ ਇਹਨਾਂ ਦੇ ਉੱਤੇ। ਦੂਸਰਾ, ਪਿੰਡ ਪੱਧਰ 'ਤੇ ਪ੍ਰਚਾਰ ਮੈਂ ਸ਼ੁਰੂ ਕਰ ਚੁੱਕਾ ਹਾਂ। ਅਸੀਂ ਆਲਰੇਡੀ ਅਲਵਰ ਜਾ ਆਏ, ਜਿੱਥੇ ਸਿੱਖਲੀ ਦੇ ਸਿੱਖ ਨੇ ਸਾਡੇ, ਫਿਰ ਪੰਜਾਬ ਮਾਲਵੇ ਦੇ ਛੋਟੇ ਪਿੰਡ ਜਿੱਥੇ 20-25 ਦੇ ਇਕੱਠ ਹੋ ਸਕਦਾ, ਉੱਥੇ ਪ੍ਰਚਾਰ ਸ਼ੁਰੂ ਕਰਤਾ, ਔਰ ਮਾਲਵੇ 'ਚ ਹੁੰਦੇ ਹੋਏ ਫਿਰ ਆਪਣੇ ਮਾਝੇ ਵਾਲੇ ਪਾਸੇ ਵੀ ਅਸੀਂ ਪ੍ਰਚਾਰ ਸ਼ੁਰੂ ਕਰ ਰਹੇ ਹਾਂ, ਉਹ ਇਸੇ ਲੈਵਲ 'ਤੇ ਕਰਾਂਗੇ। ਸ਼ਬਦ ਤੁਸੀਂ ਵਰਤ ਰਹੇ ਹੋ, ਅਸਲ 'ਚ ਅਰਥ ਕੀ ਹੈ ਇਹਦਾ, ਕੀ ਹੈ ਕਿ ਡੈਫੀਨੇਸ਼ਨ ਕੀ ਹੈ, ਲੋਕਾਂ ਨੂੰ ਕਿਵੇਂ ਦੱਸੋਗੇ ਵੀ ਕਿਸ ਤਰੀਕੇ ਦਾ ਪ੍ਰਚਾਰ ਕਰ ਰਹੇ ਹਾਂ, ਕੀ ਕਰਦੇ ਕੀ ਹੈ ਸ਼ੁਰੂਆਤ 'ਚ? ਕ੍ਰੂਸੇਡ ਜਿਵੇਂ ਇਸਲਾਮ 'ਚ ਜਿਹਾਦ ਹੈ, ਵਾਰ ਇਨ ਦਾ ਨੇਮ ਆਫ ਅੱਲਾਹ, ਇਹ ਕਹਿੰਦੇ ਨਾ, ਇਸੇ ਤਰ੍ਹਾਂ ਵਾਰ ਇਨ ਦਾ ਨੇਮ ਆਫ ਜੀਸਸ, ਇਨ ਦਾ ਲਵ ਆਫ ਜੀਸਸ, ਇਹ ਕ੍ਰੂਸੇਡ ਹੈ। ਇਹ 7ਵੀਂ 8ਵੀਂ ਸ਼ਤਾਬਦੀ ਦੇ ਵਿੱਚ ਇਸਲਾਮ ਜਦੋਂ ਬਹੁਤ ਚੜ ਕੇ ਆ ਗਿਆ ਅਤੇ ਪੋਪ ਨੇ ਰਾਜੇ ਦੀ ਕਾਲ ਕੀਤੀ ਮੀਟਿੰਗ, ਉਹਦੇ 'ਚ ਇਹਨਾਂ ਕ੍ਰੂਸੇਡ ਕਾਲ ਕੀਤੀ, ਇਹਨੂੰ ਕਹਿੰਦੇ ਧਰਮ ਯੁੱਧ, ਔਰ ਇਹ ਕੋਈ ਲਿਟਰੇਰੀ ਯੁੱਧ ਨਹੀਂ ਹੈ, ਇਹ ਕੋਈ ਵਾਰਤਕ ਯੁੱਧ ਨਹੀਂ ਹੈ, ਕੋਈ ਲਫ਼ਜ਼ਾਂ ਦਾ ਯੁੱਧ ਨਹੀਂ ਹੈ, ਇਹ ਇੱਕ ਆਰਮੀ ਪ੍ਰੈਕਟਿਸ ਹੈ ਜਿਹ 'ਚ ਸਿਰਫ ਔਰ ਸਿਰਫ ਤਲਵਾਰ ਚੱਲਦੀ ਹੈ, ਠੀਕ ਹੈ। ਹੁਣ ਮੈਨੂੰ ਹੁਣ ਲੱਗਾ ਪਤਾ ਵੀ ਸਾਡੇ ਇੰਡੀਆ 'ਚ ਕ੍ਰੂਸੇਡ ਦਾ ਕਿਸੇ ਨੂੰ ਪਤਾ ਹੀ ਨਹੀਂ, ਇਸ ਕਰਕੇ ਕੋਈ ਕਾਰਵਾਈ ਨਹੀਂ ਹੋਈ। ਲਾਸਟ ਟਾਈਮ ਵੀ ਇਹਨੇ ਕ੍ਰੂਸੇਡ ਕਾਲ ਕੀਤੀ ਹੈ, ਦੂਸਰਾ ਤਬਕਾ ਹੁੰਦਾ ਜੀ ਬੁਰੇ ਬੰਦੇ, ਹਰਪ੍ਰੀਤ ਸਿੰਘ ਸਰੋਪਾ ਪਾਉਂਦੇ ਨੇ ਅਕਾਲ ਤਖ਼ਤ ਜਥੇਦਾਰ, ਅਤੇ ਇਹਨੂੰ ਸ੍ਰੀ ਸਾਹਿਬ ਦੇ ਕੇ ਅਤੇ ਤੋੜ ਦਿੰਦੇ ਨੇ। ਹੁਣ ਸਾਲ ਬਾਅਦ ਉਹਨੇ ਫਿਰ ਕ੍ਰੂਸੇਡ ਕਾਲ ਕਰਤੀ ਹੈ, ਹੁਣ ਕਹਿੰਦੇ ਜੀ ਅੱਗੇ ਤੋਂ ਨਹੀਂ ਵਰਤਾਂਗੇ। ਇਹ ਗੱਲ ਇਹ ਵੀ ਇਹਨਾਂ ਨੂੰ ਇਹ ਲਫ਼ਜ਼ ਦੱਸਿਆ ਕਿੰਨੇ ਆ, ਜਿਹੜਾ ਕਿ ਵੈਸਟ ਵਿੱਚ ਬੈਨ ਹੈ। ਵੈਸਟ ਇਹਨਾਂ ਕੋਲ ਕ੍ਰੂਸੇਡ ਕਹਿ ਕੇ ਦਿਖਾਓ ਕਿਸੇ ਚਰਚ ਵਿੱਚੋਂ, ਉਸੇ ਵਕਤ ਚਰਚ ਜਿਹੜੀ ਕਵਰ ਕਰ ਲਈ ਜਾਏਗੀ, ਪੁਲਿਸ ਘੇਰ ਲਏਗੀ, ਇਹ ਖਤਰਨਾਕ ਹੈ। ਔਰ ਇਹ ਕਾਲ ਕਰਨੀ, ਇਹ ਤੁਹਾਡੇ ਅੰਦਰ ਇੱਕ ਬੀਜ ਪਾਤ ਹੈ ਨਾ। ਮੈਂ ਕੱਲ੍ਹ ਵੀ ਕਿਹਾ ਸੀ, ਮੈਂ ਕਿਹਾ ਕੋਈ ਨਿੱਕੀ ਜੀ ਨਾ ਇੱਕ ਸਰਿੰਜ ਆਈ ਹੈ ਜਿਹ 'ਚ ਕੈਂਡੀ ਨਿਕਲਦੀ, ਬੱਚੇ ਮੂੰਹ 'ਚ ਪਾਉਂਦੇ ਨਾ, ਉਹਨੂੰ ਨਹੀਂ ਪਤਾ ਸਰਿੰਜ ਹੈ, ਪਰ ਉਹ ਜਿਹੜੀ ਸਰਿੰਜ ਹੈ ਉਹਦਾ ਹੁਣ ਉਹ ਯੂਜ਼ ਟੂ ਹੋ ਗਿਆ, ਫੈਮਿਲੀਅਰ ਹੋ ਗਿਆ। ਹੁਣ ਜਦੋਂ ਟੀਕਾ ਲਾਉਣਾ ਨਸ਼ੇ ਦਾ, ਉਹਨੂੰ ਮਿੰਟ ਲੱਗਣਾ, ਕਿਉਂਕਿ ਬਚਪਨ ਤੋਂ ਸਰਿੰਜ ਨਾਲ ਖੇਡ ਰਿਹਾ। ਹੁਣ ਕ੍ਰੂਸੇਡ ਉਹਦੇ ਜ਼ਹਿਨ 'ਚ ਪਾਤਾ, ਉਹਦੀ ਸਾਈਕੀ 'ਚ ਪਾਤਾ, ਅਤੇ ਉਹਨੇ ਅੰਦਰ ਫੁੱਟ ਪੈਣਾ, ਸਾਡੇ ਸਿੱਖ ਹੀ ਸਾਡੇ ਖਿਲਾਫ਼ ਖੜ੍ਹੇ ਹੋ ਜਾਣਗੇ ਜੇ ਅਸੀਂ ਕਾਰਵਾਈ ਨਾ ਕੀਤੀ ਤਾਂ। ਸੋ ਇਸ ਕਰਕੇ ਗੁਰਪ੍ਰੀਤ ਸਿੰਘ ਜੀ, ਲੋਕ ਚਾਹ ਕੇ ਰੋਏ ਕ੍ਰਿਸਚੈਨਿਟੀ ਧਰਮ ਵਾਲੇ, ਕਿਉਂਕਿ ਪੰਜਾਬ ਦੇ ਵਿੱਚ ਲੈ ਲਈ ਪਿਛਲੇ ਲਗਭਗ 4-5 ਸਾਲ ਤੋਂ 7 ਸਾਲ ਤੋਂ ਬਹੁਤ ਜ਼ਿਆਦਾ ਲੋਕ ਇਸ ਧਰਮ ਦੇ ਵੱਲ ਪਰਿਵਰਤਨ ਹੋਇਆ, ਖਾਸ ਤੌਰ ਦੇ ਉੱਪਰ ਜਿਹੜੀ ਚੀਜ਼ਾਂ ਨੂੰ ਮਤਲਬ ਲੈਕ ਕਿਹੜੀ ਚੀਜ਼ ਦਾ ਰਹਿ ਗਿਆ ਪੰਜਾਬ ਦੇ ਵਿੱਚ ਸਿੱਖ ਧਰਮ ਨੂੰ ਪ੍ਰਚਾਰ ਕਰਨ ਦਾ ਕਿਸ ਤਰੀਕੇ ਨਾਲ ਲੈਕ ਹੋ ਗਿਆ? ਇੱਕ ਦਿਨ ਪਹਿਲਾਂ ਪਿੰਡਾਂ 'ਚ ਸੰਤ ਹੁੰਦੇ ਸੀ, ਕਦੇ ਕਿਤੇ ਕੋਈ ਡੇਰਾ ਹੁੰਦਾ ਸੀ, ਕੋਈ ਧੂਣਾ ਹੁੰਦਾ ਸੀਗਾ, ਅਤੇ ਨਿੱਕੀ ਨਿੱਕੀ ਚੀਜ਼ਾਂ ਸਿਰ ਦੁੱਖਦਾ ਮਾੜਾ ਮੋਟਾ, ਅਤੇ ਉਹ ਲੋਕ ਘਰ ਲਾਚੀਆਂ ਦੇਤੀ, ਕਿਸੇ ਦੁੱਧ ਦਿੱਤਾ, ਇਹ ਸਾਈਕੋਲੋਜੀਕਲ ਇਸ਼ੂਜ਼ ਨੇ, ਉਹ ਠੀਕ ਹੋ ਜਾਂਦਾ ਸੀਗਾ। ਸਾਡਾ ਫਿਰ ਇੱਕ ਐਸਾ ਜਿਹੜਾ ਲੈਫਟ ਵਿੰਗ ਉੱਠਿਆ, ਜਿਹੜਾ ਕਹਿੰਦਾ ਕਿ ਮੈਂ ਬੜਾ ਪੜ੍ਹਿਆ ਲਿਖਿਆ, ਜਿਹੜਾ ਕਹਿੰਦਾ ਮੈਂ ਤਰਕ ਨਾਲ ਗੱਲ ਕਰਾਂਗਾ, ਹਾਲਾਂਕਿ ਉਹ ਸਭ ਤੋਂ ਅਨਪੜ੍ਹ ਤਬਕਾ ਉਹ ਸੀਗਾ। ਉਹਨਾਂ ਨੇ ਉਹਨਾਂ ਬਾਬੇ ਖਿਲਾਫ਼ ਪ੍ਰਚਾਰ ਸ਼ੁਰੂ ਕਰਤਾ, ਉਹ ਬਾਬੇ ਲੋਕ ਇੱਧਰੋਂ ਚਲੇ ਗਏ, ਜਦੋਂ ਜਗ੍ਹਾ ਖਾਲੀ ਹੋ ਗਈ, ਹੁਣ ਇਹਨਾਂ ਕਿਸੇ ਕੋਲ ਤਾਂ ਜਾਣਾ ਹੀ ਹੈ, ਇਹ ਜਗ੍ਹਾ ਕਵਰ ਕੀਤੀ ਕ੍ਰਿਸਚਨਸ ਨੇ, ਠੀਕ ਹੈ। ਹੁਣ ਉਹਦੇ ਵਿੱਚ ਇੱਕ ਤਾਂ ਇਹ ਜਿਹੜਾ ਪੱਖ ਹੋ ਗਿਆ, ਠੀਕ ਹੈ, ਦੂਜਾ ਇਹ ਆ ਗਿਆ ਕਿ ਜਿਹੜੇ ਲੋਕ ਅਸੀਂ ਧੱਕਤੇ ਸੀ ਛੋਟੇ ਕਹਿ ਕੇ, ਉਹਨਾਂ ਨੇ ਗਲੇ ਲਾ ਲਏ, ਦੂਸਰਾ ਪੱਖ ਆ ਗਿਆ। ਤੀਸਰਾ ਪੱਖ ਹੈ ਕਿ ਸਾਡਾ ਜਿਹੜਾ ਪ੍ਰਚਾਰਕ ਤਬਕਾ ਹੈ ਉਹ ਫੇਲ ਹੋ ਚੁੱਕਾ ਹੈ। ਮੇਰਾ ਇੱਕ ਆਰਟੀਕਲ ਸੀਗਾ ਸ਼ੇਰਾਂ ਦੀ ਕੌਮ ਜਾਂ ਭੇਡਾਂ ਦਾ ਵੱਗ, ਉਹ 'ਤੇ ਬੜਾ ਰੌਲਾ ਪਿਆ ਸੀ ਵੀ ਤੁਸੀਂ ਕਿਉਂ ਲਿਖਿਆ। ਇੰਨਾ ਤੁਹਾਡੇ ਕੋਲ ਪ੍ਰਚਾਰ ਹੋਵੇ, ਯੂਨੀਵਰਸਿਟੀ ਤੁਹਾਡੇ ਕੋਲ ਆਪਣੀਆਂ ਹੋਣ,
ਇੰਨਾ ਵੱਡਾ ਬਜਟ ਹੋਵੇ, ਹਜ਼ਾਰਾਂ ਕਥਾ ਵਾਚਕ ਹੋਣ ਔਰ ਕਹਿਣਗੇ ਜੀ ਪੰਥ ਪ੍ਰਸਿੱਧ ਨੇ ਜੀ ਸੰਸਾਰ ਦੇ ਵੱਡੇ ਜੀ ਫਲਾਂ, ਉਹ ਤੁਸੀਂ ਇੱਕ ਬੰਦਾ ਨਾ ਵਾਪਸ ਲੈ ਸਕੋ ਯਾਰ, ਤੁਸੀਂ ਪ੍ਰਚਾਰ ਹੀ ਨਾ ਕਰ ਸਕੋ। ਤੁਸੀਂ ਬਾਹਰ ਕੈਨੇਡਾ ਇੰਗਲੈਂਡ ਪਹੁੰਚ ਜਾਂਦੇ ਹੋ ਪ੍ਰਚਾਰ ਕਰਨ, ਤੁਹਾਡਾ ਪੰਜਾਬ 'ਤੇ ਕਨਵਰਟ ਹੋ ਰਿਹਾ, ਅਸੀਂ ਤਾਂ ਉੱਥੇ ਕਨਵਰਟ ਨਹੀਂ ਹੋ ਰਹੇ ਨਾ। ਬਾਹਰ ਮੇਰੇ ਕੋਲ ਇੱਕ ਕੇਸ ਨਹੀਂ ਜਿਹੜਾ ਕਨਵਰਟ ਹੋਇਆ ਹੋਵੇ ਇਸਲਾਮ ਕ੍ਰਿਸਚੈਨਿਟੀ ਦੇ ਅੰਦਰ, ਸਗੋਂ ਉਹ ਬੱਚੇ ਸਾਡੇ ਕੋਲ ਆ ਰਹੇ ਨੇ, ਉਹ ਵਿਦਾਂਤ ਪੜ੍ਹਦੇ ਪਏ ਸਾਡੇ ਕੋਲ ਆ ਕੇ, ਉਹ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਪਏ ਨੇ ਆ ਕੇ, ਉਹ ਬਾਈਬਲ ਪੜ੍ਹਦੇ ਪਏ ਨੇ ਆ ਕੇ ਵੀ ਦਾ ਵਰਲਡ ਆਫ ਜੈਨੇਸਿਸ ਕੀ ਹੈ, ਗਾਰਡਨ ਆਫ ਈਡਨ ਕੀ ਹੈ, ਇਹ ਥਿਓਰੀਜ਼ ਕੀ ਨੇ, ਇਹਨੂੰ ਦੇਖਣਾ ਕਿੱਦਾਂ ਉਹਦੇ ਪਰ, ਇਹ ਜਿਹੜੇ ਇਹਨਾਂ ਨੂੰ ਪਤਾ ਨਹੀਂ ਕਿਸੇ ਗੱਲ ਦਾ। ਸੋ ਇਹ ਲਗਾਤਾਰ ਵੀ ਚਰਚਾ ਹੁੰਦੀਆਂ, ਜਿਵੇਂ ਸੈਮੀਨਾਰ ਕਰਾਉਂਦੇ ਜਾਂ ਪ੍ਰੋਗਰਾਮ ਕਰਾਉਂਦੇ ਜਿਹਦੇ ਵਿੱਚ ਲਿਖਿਆ ਹੁੰਦਾ ਸਵਰਗ ਦਾ ਰਸਤਾ, ਜਾਂ ਇਸ ਤਰੀਕੇ ਦੇ ਕਈ ਫਲੈਕਸ ਵੀ ਲੱਗੀਆਂ ਹੁੰਦੀਆਂ ਸੜਕਾਂ ਦੇ ਉੱਪਰ, ਲੋਕ ਜਾਂਦੇ ਆ ਉੱਥੇ, ਲੋਕ ਦੱਸਦੇ ਵੀ ਮਰੇ ਨੂੰ ਜਿੰਦੇ ਕਰ ਦਿੰਦੇ, ਜ਼ਖਮੀ ਨੂੰ ਠੀਕ ਕਰ ਦਿੰਦੇ, ਬਿਮਾਰ ਕਈ ਉਮਰਾਂ ਤੋਂ ਕਹਿ ਲਈ ਵੀ ਕਈ ਸਾਲਾਂ ਤੋਂ ਲੋਕ ਅਪਾਹਜ ਹੁੰਦੇ, ਉੱਠ ਕੇ ਤੁਰਨ ਲੱਗ ਜਾਂਦੇ, ਅਜਿਹੀਆਂ ਚੀਜ਼ਾਂ ਦਿਖਾਉਂਦੇ ਆ, ਫਿਰ ਉਹਦੇ ਕਰਕੇ ਲੋਕ ਅਟਰੈਕਟ ਹੁੰਦੇ ਜਾਂ ਕੋਈ ਹੋਰ ਕਾਰਨ ਹੈ? ਉਹ ਵੀ ਇੱਕ ਬੜਾ ਵੱਡਾ ਪਰਸਪੈਕਟਿਵ ਹੈ। ਸਾਨੂੰ ਕਹਿਤਾ ਵੀ ਕਹਿਰ ਜਿਹੜਾ ਕਰਾਮਾਤ ਕਹਿਰ ਦਾ ਨਾਮ ਹੈ, ਅਸੀਂ ਛੱਡ ਗਏ ਹਾਂ, ਹੁਣ ਕੋਈ ਤਾਂ ਕਰੇਗਾ ਨਾ। ਹੁਣ ਇਹ ਜਿਹੜਾ ਕਰਦੇ ਬੰਦੇ ਜ਼ਿੰਦੇ ਕਰਨੇ ਜਾਂ ਠੀਕ ਕਰਨੇ, ਉਹ ਮੈਂ ਕਹਿੰਦਾ ਜੇ ਤੁਸੀਂ ਮੁਰਦੇ ਠੀਕ ਕਰ ਸਕਦੇ ਹੋ ਤਾਂ ਮੁਰਦਾ ਅਸੀਂ ਲੈ ਕੇ ਆਵਾਂਗੇ, ਜੇ ਤੁਸੀਂ ਬਿਮਾਰ ਠੀਕ ਕਰ ਸਕਦੇ ਪੋਪ ਠੀਕ ਕਰ ਲਓ ਯਾਰ, ਉਹ ਵੀਲਚੇਅਰ 'ਤੇ ਵਿਚਾਰਾ, ਉਹਦੀਆਂ ਲੱਤਾਂ ਖੜੀਆਂ ਕਰ ਲਓ, ਕੀ ਜਿਹੜੇ ਤਾਂ ਉਹਨਾਂ ਨੂੰ ਵੀ ਪਤਾ ਤੁਹਾਡੇ ਕੋਲ ਸ਼ਕਤੀ ਹੈ। ਜੇ ਪਾਖੰਡ ਦੇ ਖਿਲਾਫ਼, ਧਰਮ ਦੇ ਖਿਲਾਫ਼ ਹਿੰਦੁਸਤਾਨ 'ਚ ਕਾਨੂੰਨ ਹੈਗਾ, ਕੀ ਸਾਡੇ ਵਾਸਤੇ ਹੈ? ਕੀ ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਹੈ? ਇਹਨਾਂ ਨੂੰ ਕੋਈ ਕੁਛ ਨਹੀਂ ਕਹੇਗਾ? ਇਹ ਪਾਲੇ ਹੋਏ ਨੇ ਕਾਂਗਰਸ ਦੇ, ਉਹਦੇ ਰਾਜ 'ਚ ਇੰਨੇ ਵੱਧ ਗਏ ਨੇ ਲੋਕ, ਇਹਨਾਂ ਨੂੰ ਮਾਇਨੋਰਟੀ ਫੋਰਨ ਮਾਇਨੋਰਟੀ ਰਿਲੀਜਨ ਕਹਿ ਕੇ ਅਤੇ ਟੈਕਸ ਫਰੀ ਕੀਤਾ ਹੋਇਆ, ਉਹ ਜਿਹੜਾ ਫੰਡ ਇਹਨਾਂ ਕੋਲ ਆਉਂਦਾ ਨਾ ਸਰ। ਸੋ ਉਹ ਲੋਕ ਜਿਹੜੇ ਅਨਪੜ੍ਹ ਹੈ, ਜਿਹਨੂੰ ਗੁਰੂ ਘਰ ਨਹੀਂ ਆਉਣ ਦਿੱਤਾ ਜਾਂਦਾ, ਜਿਹਦਾ ਹੁਣ ਅਸੀਂ ਸਾਡੇ ਪਿੰਡ ਗਏ ਸੀਗੇ ਜੱਦੀ ਪਿੰਡ ਆਪਣੇ, ਅਤੇ ਉਹ ਜਿਹੜੀ ਇੱਥੇ ਹਾਲਤ ਦੇਖੀ ਹੈ ਅਤੇ ਮਨ ਦੁਖੀ ਹੈ ਯਾਰ, ਇਸ ਹਾਲਤ 'ਚ ਲੋਕ ਆਪਣੇ ਰਹਿ ਰਹੇ ਅੱਜ ਵੀ ਯਾਰ, ਹੈ ਨਾ। ਜਿੱਥੇ ਗੁਰਦੁਆਰਾ ਤਾਂ ਹੈਗਾ ਪਰ ਤਾਲਾ ਵੱਜਿਆ ਹੋਇਆ, ਗ੍ਰੰਥੀ ਕਹਿੰਦੇ ਕਿਤੇ ਗਿਆ ਹੋਇਆ, ਸੋ ਗ੍ਰੰਥੀ ਕੋਈ ਨਹੀਂ ਹੈ, ਪ੍ਰਚਾਰਕ ਉਹਨਾਂ ਥਾਵਾਂ ਜਾਣੂ ਰਾਜੇ ਨਹੀਂ ਹੈ ਜੇ ਅਸੀਂ ਨਹੀਂ ਜਾਵਾਂ ਕੋਈ ਤਾਂ ਜਾਏਗਾ ਨਾ। ਇਸੇ ਤਰ੍ਹਾਂ ਵਿਨੀਪੈਗ ਦੀ ਗੱਲ ਹੈ, ਵਿਨੀਪੈਗ ਦੇ ਅੰਦਰ ਜਦ ਮੈਂ ਗਿਆ ਤਾਂ ਇੱਕ ਗੁਰੂ ਘਰ ਛੋਟੇ, ਬਾਕੀ ਕਈ ਗੁਰੂ ਘਰਾਂ ਮਿਲੇ ਉੱਥੇ ਪੋਸਟਰ ਸਾੜ 'ਤੇ ਸੀਗੇ ਵੀ ਅਸੀਂ ਇਹਨੂੰ ਨਹੀਂ ਆਉਣ ਦੇਵਾਂਗੇ, ਪਰ ਜਦੋਂ ਇੱਕ ਰੇਡੀਓ ਪ੍ਰੋਗਰਾਮ ਹੋਇਆ ਮੇਰਾ ਤਾਂ ਸਾਰੇ ਇਕੱਠੇ ਹੋ ਗਏ ਸੁਣ ਕੇ, ਉੱਥੇ ਬੈਠ ਕੇ ਉਹਨਾਂ ਜਿਨ੍ਹਾਂ ਨੇ ਮੇਰੇ ਪੋਸਟਰ ਸਾੜੀ ਉਹਨਾਂ ਗੁਰੂ ਘਰਾਂ ਦੇ ਵਿੱਚ ਮੈਂ ਜਾ ਕੇ ਕਥਾ ਕੀਤੀ ਹੈ, ਅਤੇ ਸਾਰੇ ਮੈਂ ਇੱਕ ਟੇਬਲ 'ਤੇ ਬਿਠਾਏ ਆ ਵੀ ਬੈਠੋ ਗੱਲ 'ਤੇ ਕਰੋ ਯਾਰ ਮੇਰੇ ਨਾਲ, ਜੇ ਮੇਰਾ ਵਿਰੋਧ ਹੈ ਤਾਂ ਕੋਈ ਕਾਰਨ ਹੋਣਾ ਚਾਹੀਦਾ ਨਾ, ਦੱਸੋ ਆਪਾਂ ਬਹਿ ਗੱਲ ਕਰ ਲੈਂਦੇ ਹਾਂ। ਪਰ ਕੀ ਸਾਡਾ ਪ੍ਰਚਾਰਕ ਆਪਣਾ ਕਥਾ ਛੱਡ ਕੇ ਜੇ ਕੰਮ ਕਰੇਗਾ? ਉਹ ਤਾਂ ਕਥਾ ਕੀਤੀ, ਮਾਇਆ ਚੱਕੀ, ਫਿਰ ਬਾਬਾ ਜੀ ਸਿਮਰਨ 'ਤੇ ਬੈਠੇ ਹੋਏ ਨੇ, ਹੈ ਨਾ, ਕਿਸੇ ਨਾਲ ਗੱਲ ਹੀ ਨਹੀਂ ਕਰਦੇ। ਇਹਨਾਂ ਲੋਕਾਂ ਕੋਲ ਬਹਿਣਾ ਹੈ, ਇਹਨਾਂ ਨੇ ਲੋਕਲ ਗੱਲ ਕਰਨੀ, ਥੱਲੇ ਉਤਰਨਾ, ਉਹ ਸਿੰਘ ਟਕਸਾਲ ਦੇ ਉਹ ਸੰਥਿਆ ਕਰਾਉਂਦੇ ਨੇ, ਹੁਣ ਮੇਰੇ ਨਾਲ ਗਏ ਨੇ, ਅਸੀਂ ਉਹਨਾਂ ਝੁੱਗੀਆਂ 'ਚ ਪਾਣੀ ਪੀਤਾ ਬਹਿ ਕੇ, ਉਹਨਾਂ ਨਾਲ ਉੱਥੇ ਲੱਸੀ ਪੀ ਲਈ ਬਹਿ ਕੇ, ਉੱਥੇ ਚਾਹ ਪੀ ਲਈ, ਜਦ ਤੱਕ ਅਸੀਂ ਇਹ ਕੰਮ ਨਹੀਂ ਕਰਾਂਗੇ ਉਹ ਸਾਡੇ ਨਾਲ ਕਿਵੇਂ ਤੁਰਨਗੇ? ਬਾਬਾ ਜੇਕਰ ਗੱਲ ਕਰ ਲਈ ਵੀ ਐਸ ਜੀ ਪੀ ਸੀ ਨੇ ਪੰਜਾਬ ਦੇ ਵਿੱਚ ਨਿਹੰਗ ਸਿੰਘ ਕਈ ਜਥੇਬੰਦੀਆਂ ਜਿਹੜੀਆਂ ਪਿੰਡਾਂ 'ਚ ਪ੍ਰਚਾਰ ਕਰਦੀਆਂ ਨੇ, ਜਿਵੇਂ ਕਈ ਹੋਰ ਡੇਰਾਵਾਦ ਹੈ, ਸੋ ਉਸ ਤਰੀਕੇ ਦਾ ਤੁਸੀਂ ਕਿਵੇਂ ਪ੍ਰਚਾਰ ਕਰੋ, ਕਿਵੇਂ ਇਹਨਾਂ ਚੀਜ਼ਾਂ ਨੂੰ ਰੋਕੋਗੇ? ਕਿਉਂਕਿ ਫਿਲਹਾਲ ਤੁਸੀਂ ਇਕੱਲੇ ਆਏ ਹੋ, ਜਾਂ ਕਿਸੇ ਨਾਲ ਮਿਲ ਕੇ ਜਾਂ ਇਕੱਤਰ ਹੋ ਕੇ ਜਥੇਬੰਦੀਆਂ ਨਾਲ ਮਿਲ ਕੇ ਸਾਰਾ ਕੰਮ ਕਰੋਗੇ? ਇਕੱਲਾ ਨਹੀਂ ਹੈ, 96 ਕਰੋੜ ਫੌਜ ਨਾਲ ਹੈ ਮੇਰੀ, ਸ਼ਹੀਦ ਸਿੰਘ ਨਾਲ ਨੇ, ਇਕੱਲਾ ਨਹੀਂ ਮੈਂ। ਬਾਕੀ ਦੇਖੋ, ਨਿਹੰਗ ਸਿੰਘਾਂ ਨੂੰ ਕੁਛ ਨਹੀਂ ਕਰਨ ਦੀ ਲੋੜ, ਪਹਿਲੀ ਗੱਲ। ਅੱਜ ਸਾਡੇ ਨਾ ਉੱਥੇ ਸਵੀਡਿਸ਼ ਕੰਟਰੀਜ਼ ਨੇ, ਜਿੱਥੇ ਸਵੀਡਿਸ਼ ਲੋਕ ਨੇ ਜਿਹੜੇ ਆਪਣਾ ਆਰਥੋਡੋਕਸ ਫੋਲੋ ਕਰਦੇ, ਉਹ ਕਾਲੇ ਕੱਪੜੇ ਪਾਉਂਦੇ, ਬੱਤੀ ਯੂਜ਼ ਨਹੀਂ ਕਰਦੇ, ਬੱਚੇ ਬੱਗੀਆਂ 'ਤੇ ਖੇਡਦੇ ਨੇ, ਲੋਕ ਟਿਕਟ ਦੇ ਕੇ ਦੇਖਣ ਜਾਂਦੇ ਨੇ, ਉੱਥੇ ਜਿਹੜਾ ਰੂਮ ਹੈ ਉਹ ਇੰਨਾ ਮਹਿੰਗਾ, ਉੱਥੇ ਸੈੱਲਫੋਨ ਬੰਦ ਹੋ ਜਾਂਦਾ, ਉਹ ਰੂਮ ਬੜੇ ਮਹਿੰਗੇ ਨੇ, ਪਰ ਲੋਕ ਇੰਜੋਏ ਕਰਦੇ ਬਿਨਾਂ ਬੱਤੀ ਦੇ ਆਰਥੋਡੋਕਸ। ਅੱਜ ਅਗਰ ਅਸੀਂ ਬੱਚਿਆਂ ਨੂੰ ਕਹੀਏ ਕਿ ਯਾਰ ਸਾਡੇ ਜਿਹੜੇ ਸਿੰਘ ਸੀ ਘੋੜੇ 'ਤੇ ਰਹਿੰਦੇ ਸੀ, ਅਤੇ ਕਿੱਥੇ ਵਿਖਾਉਣ ਜਾਵਾਂਗੇ? ਆ ਨਿਹੰਗ ਸਿੰਘ ਨੇ ਨਾ, ਇਹਨਾਂ ਸਾਡਾ ਆਰਥੋਡੋਕਸ ਸਾਂਭਿਆ ਹੋਇਆ ਨਾ, ਇੱਕ ਪਰੰਪਰਾ ਸਾਂਭੀ ਹੋਈ ਹੈ, ਇਹ ਛੁੱਟ ਗਏ ਨੇ, ਇਹਨਾਂ ਦੀ ਕਹਾਣੀ ਖਤਮ ਹੈ, ਇਹਨਾਂ ਇਹਨੇ ਜ਼ਿੰਮੇਦਾਰੀ ਖਤਮ ਹੈ। ਇਹ ਉਦੋਂ ਵੀ ਘੋੜਿਆਂ 'ਤੇ ਸੀ, ਅੱਜ ਲੋਕ ਇਹਨਾਂ ਦੇ ਕੋਲ ਜ਼ਿਆਦਾ ਨੇ,
ਇਹਨਾਂ ਲੋਕ ਜ਼ਿਆਦਾ ਜੁੜੇ ਹੋਏ ਨੇ। ਜਿਸ ਪਿੰਡ 'ਚ ਡੇਰਾ ਹੋਏਗਾ ਉੱਥੇ ਉੱਥੇ ਕ੍ਰਿਸਚਨ ਨਹੀਂ ਹੋਣਗੇ। ਹੁਣ ਡੇਰੇ ਵਾਲਾ ਸਾਥ ਕਰਦਾ ਕੀ ਹੈ ਯਾਰ, ਸਿਰ ਦੁਖਦਾ ਪੁੱਤ, ਚੱਲ ਮੈਂ ਚੌਪਾ ਹੀ ਸਾਹਿਬ ਕਰਦਾ ਪੁੱਤ ਨਾ, ਹੈ ਤਾਂ ਸਾਰੀ ਹੈ ਤਾਂ ਸਾਰਾ ਪਲਸੀਬੋ ਹੈ ਨਾ, ਵੀ ਮੈਨੂੰ ਬਾਬਾ ਜੀ ਨਾਮ ਦਿੱਤਾ, ਬਾਬਾ ਜੀ ਸ਼ਬਦ ਦਿੱਤਾ, ਇਹੋ ਕੰਮ ਇਹ ਕਰਦੇ ਨੇ। ਜਿੱਥੋਂ ਜਿੱਥੋਂ ਡੇਰਾ ਚੱਕਤਾ ਉੱਥੇ ਉੱਥੇ ਚਰਚ ਆ ਗਈ ਹੈ, ਅੱਜ ਡੇਰੇ ਹੈ ਨਹੀਂ, ਚਰਚਾ ਹੈਗੀਆਂ ਨੇ। ਫਿਰ ਉਹ ਜਿਹੜੇ ਛੋਟੇ ਸਾਧਨ ਡੇਰੇ ਸੀ ਉਹ ਇਹਨਾਂ ਪੱਟੇ ਤੋਂ ਵੱਡੇ ਡੇਰੇ ਬਣ ਗਏ, ਕੋਈ ਆਸ਼ੂਤੋਸ਼ ਬਣ ਗਿਆ, ਕੋਈ ਆਸਾਰਾਮ ਬਣ ਗਿਆ ਅਤੇ ਕੋਈ ਰਾਮ ਰਹੀਮ ਬਣ ਗਿਆ, ਅਤੇ ਇਹਨਾਂ ਨੇ ਕੀ ਇਹ ਖਤਰਨਾਕ ਲੋਕ ਨਹੀਂ ਨੇਗੇ? ਅੰਮ੍ਰਿਤਸਰ ਵੀ ਰੋਕਣ ਦੀ ਕੋਸ਼ਿਸ਼ ਹੋਈ ਸੀ ਇੱਕ ਵਾਰ, ਮਾਨਾਵਾਲਾ ਦੇ ਨਜ਼ਦੀਕ ਲੜਾਈ ਝਗੜਾ ਵੀ ਕਾਫੀ ਹੋਇਆ ਸੀ ਬਾਅਦ ਦੇ ਵਿੱਚ, ਹੈ ਨਾ, ਉਹ ਇਸ ਤਰੀਕੇ ਦੇ ਨਾਲ ਲੋਕ ਫਿਰ ਰੋਕਣੋਂ ਹਟ ਗਏ, ਕਹਿਣ ਦਾ ਭਾਵ ਕੀ, ਕਿਉਂਕਿ SGPC ਪ੍ਰਚਾਰ ਨਹੀਂ ਕਰ ਰਹੀ ਜਿਹੜਾ ਮੁੱਖ ਕੰਮ ਹੈ, ਦਰਬਾਰ ਸਾਹਿਬ ਤੋਂ ਕਿਸੇ ਤਰੀਕੇ ਦੇ ਹੁਕਮਨਾਮੇ ਰਿਲੀਜ਼ ਨਹੀਂ ਹੋ ਰਹੇ, ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਈ ਹੁਕਮਨਾਮਾ ਨਹੀਂ ਦੇ ਰਹੇ ਵੀ ਕਿਸ ਤਰ੍ਹਾਂ ਇਹਨਾਂ ਨੂੰ ਰੋਕਿਆ ਜਾਵੇ। ਸੋ ਤੁਸੀਂ, ਮੈਂ ਮੇਰੇ ਕਹਿਣ ਦਾ ਮਤਲਬ, ਤੁਸੀਂ ਇਕੱਲੇ ਕਿਵੇਂ ਉਸ ਚੀਜ਼ ਨੂੰ ਹੈਂਡਲ ਕਰੋ, ਕਿਉਂਕਿ ਮੁੱਖ ਜਿਹੜੀ ਜਥੇਬੰਦੀ ਹੈ ਉਹ SGPC ਮੰਨੀ ਜਾਂਦੀ ਹੈ, ਦਰਬਾਰ ਸਾਹਿਬ ਮੰਨਿਆ ਜਾਂਦਾ, ਅਕਾਲ ਤਖਤ ਸਾਹਿਬ ਮੰਨਿਆ ਜਾਂਦਾ, ਜਿਹੜੇ ਸਿਰਮੌਰ ਜਥੇਬੰਦੀ ਹੈ, ਸੋ ਉਹਨਾਂ ਵੱਲੋਂ ਕੋਈ ਹੁਕਮਨਾਮਾ ਨਹੀਂ ਰਿਲੀਜ਼ ਹੋ ਰਿਹਾ, ਤੁਸੀਂ ਇਕੱਲੇ ਕਿਵੇਂ ਕਰੋਗੇ? ਇਹੋ ਸਵਾਲ ਮੈਨੂੰ ਪਹਿਲਾਂ ਵੀ ਕੀਤਾ ਸੀਗਾ, 8 ਦੇ ਵਿੱਚ ਮੈਂ ਕਲੀਨ ਸ਼ੇਵ ਸੀਗਾ, ਵਿੱਦਿਆ ਖਾਨਦਾਨੀ ਸਾਡੇ ਚੱਲਦੀ, ਸਾਡੇ ਮੇਰੇ ਬੱਚੇ ਵੀ ਬਿਠਾ ਲਓ, ਕਿਸੇ ਟੋਪਿਕ 'ਤੇ ਦੁਨੀਆ ਦੇ ਰੈਂਡਮਲੀ ਗੱਲਬਾਤ ਕਰ ਸਕਦੇ ਤੁਸੀਂ, ਇਹ ਸਾਡੀ ਟ੍ਰੈਡੀਸ਼ਨ ਖਾਨਦਾਨ ਦੀ, ਕਿਤਾਬਾਂ ਨਾਲ ਅਸੀਂ ਰਹਿੰਦੇ ਹਾਂ। ਜਦੋਂ ਉਦੋਂ ਦਸਮ ਦਾ ਮੁੱਦਾ ਸੀਗਾ, ਸਾਰੇ ਖਿਲਾਫ਼ ਸੀਗੇ, ਤੁਸੀਂ ਇਕੱਲੇ ਕਿਵੇਂ ਚੱਲੋਗੇ, ਕਰਕੇ ਦਿਖਾਓ, ਅਤੇ 16 ਤੱਕ ਨਿਬੇੜ ਤਾਂ ਸਾਰਾ ਕੰਮ ਬਹਿ ਕੇ, ਜਦੋਂ ਸ਼ੁਰੂ ਕੀਤਾ ਨਾ ਇੱਕ ਸਾਡੇ ਇੱਕ, ਦੇਖੋ ਅੱਜ ਭਾਵੇਂ ਉਹ ਕਥਾ ਵਾਚਕ, ਤੁਸੀਂ ਕਥਾ ਸੁਣ ਲਓ, ਕਥਾ ਵਾਚਕ ਉਹ ਗੱਲ ਕਹਿ ਰਿਹਾ ਹੋਵੇਗਾ ਜਿਹੜੀ ਜਿਹੜੀ ਇੰਸਟਾ 'ਤੇ ਟ੍ਰੈਂਡਿੰਗ ਚੱਲ ਰਹੀ ਹੈ, ਜਿਹੜੀ ਟਵਿੱਟਰ 'ਤੇ ਤਾਂ ਨਹੀਂ ਚੱਲਦਾ, ਜਿਹੜੀ ਫੇਸਬੁੱਕ ਟ੍ਰੈਂਡਿੰਗ ਹੈ ਨਾ, ਉਹ ਵੀ ਉਹ ਵਿਸ਼ਾ ਚੱਕਦਾ। ਆ ਮੈਂ ਪਰਸੋਂ ਕਲਾਸ ਲਾ ਕੇ ਹਟਿਆ ਵੀ ਜੇ ਉਸ ਉਹੀ ਕੁਛ ਕਰਨਾ ਤਾਂ ਅਸੀਂ ਇੰਸਟਾਗ੍ਰਾਮ ਨਾ ਦੇਖ ਲਈਏ, ਤੁਹਾਡੀ ਕਥਾ ਅਸੀਂ ਕਿਉਂ ਸੁਣੀ ਹੈ। ਸੋ ਜਦੋਂ ਇਹ ਚੀਜ਼ ਟ੍ਰੈਂਡਿੰਗ 'ਚ ਆ ਜਾਏਗੀ ਨਾ, ਤਾਂ ਸਾਰੇ ਨੂੰ ਫੋਲੋ ਕਰਨਗੇ, ਇਹ ਟ੍ਰੈਂਡ ਫੋਲੋ ਕਰਦੇ ਨੇ। ਸੋ ਮੇਰਾ, ਮੈਂ ਇੱਕ ਟ੍ਰੈਂਡ ਸੈੱਟ ਕਰਨਾ ਆ, ਜਦੋਂ ਇਹ ਟ੍ਰੈਂਡ ਸੈੱਟ ਹੋ ਗਿਆ, ਲੋਕਾਂ ਦੇਖਿਆ ਵੀ ਯਾਰ ਇੱਧਰ ਇੱਧਰ ਗੱਲ ਜ਼ਿਆਦਾ ਹੈ, ਇਹ ਵੀ ਇੱਧਰ ਆ ਜਾਣਗੇ। ਮੁੱਖ ਟਾਰਗੇਟ ਕਿਹੜਾ, ਇਸਲਾਮ ਈਸਾਈ ਧਰਮ ਹੈ ਜਾਂ ਪਖੰਡਵਾਦ ਹੈ? ਪਖੰਡਵਾਦ, ਮੈਂ ਕਿਹਾ ਪਿਛਲਾ ਈਸਟਰ ਮੈਂ ਤੁਹਾਨੂੰ ਪਿਕਚਰਾਂ ਮੰਗਵਾ ਦਿੰਦਾ, ਮੇਰੇ ਬੇਟੇ ਮੇਰਾ ਬੇਟਾ ਬੇਟੀ ਚਰਚ ਨੇ, ਕਿਉਂਕਿ ਜਿਹੜਾ ਮੇਰਾ ਬੇਟਾ ਅਡੋਪਟ ਕੀਤਾ ਹੈ ਉਹ ਕ੍ਰਿਸਚਨ ਹੈ, ਉਹ ਸਟਿਲ ਕ੍ਰਿਸਚਨ ਹੈ, ਉਹਦੀ ਮਾਂ ਮੇਰੀ ਭੈਣ ਬਣੀ ਹੋਈ ਹੈ, ਮੇਰੇ ਬੱਚੇ ਚਰਚ ਜਾਂਦੇ ਨੇ, ਉਹ ਗੁਰਦੁਆਰਾ ਆਉਂਦੇ ਨੇ, ਠੀਕ ਹੈ ਨਾ, ਉਹ ਜ਼ੈਕ ਹੈ, ਹੁਣ ਆਸ਼ਰਮ ਜਾਂਦਾ, ਮੇਰੇ ਬੱਚਿਆਂ ਨਾਲ ਉੱਥੇ ਵੇਦਾਂਤ ਪੜ੍ਹਦਾ। ਸੋ ਇਹਦੀ ਕੋਈ ਦਿੱਕਤ ਨਹੀਂ ਹੈਗੀ ਨਾ, ਉੱਥੇ ਜਾਂਦੇ ਨੇ, ਗਾਣੇ ਗੁਣੇ ਗਾਉਂਦੇ, ਬੱਚੇ ਆਪਣੇ ਕੀਰਤਨ ਕਰਦੇ ਨੇ, ਅੱਗ ਬਾਲ ਕੇ, ਅਤੇ ਉਹ ਸਪਿਰਚੁਅਲ ਨਾਈਟ ਹੁੰਦੀ ਇਹਨਾਂ ਦੀ, ਅਤੇ ਮੇਰੇ ਬੱਚੇ ਹੁਣ ਨਿਊ ਈਅਰ ਚਰਚ ਗਏ ਨੇ, ਚਰਚ ਮਨਾ ਕੇ ਆਏ ਨੇ, ਅਤੇ ਮੈਨੂੰ ਕੋਈ ਦਿੱਕਤ ਨਹੀਂ ਹੈ। ਗੱਲ ਹੈ ਪਖੰਡ ਦੀ, ਇਹ ਤੁਸੀਂ ਪ੍ਰੀਚ ਨਾ ਕਰ ਰਹੇ, ਤੁਸੀਂ ਪਖੰਡ ਕਰ ਰਹੇ ਹੋ। ਹੁਣ ਮੇਰਾ ਬੱਚਾ ਚਰਚ ਵਿੱਚ ਲੈਕਚਰ ਵੀ ਕੀਤਾ ਉਹਨੇ, ਬੇਟੇ ਮੇਰੇ ਨੇ, ਇਸ ਵੇਲੇ ਉਹ ਇੱਕ ਪੋਲੀਟੀਕਲ ਕੈਂਪੇਨਿੰਗ ਕੁਛ ਲੋਕਲ ਉਹਨੂੰ ਉਹ ਲੀਡ ਕਰ ਰਿਹਾ। ਸੋ ਪਰ ਇਹ ਦਿੱਕਤ ਹੈ ਇੱਥੇ ਪਖੰਡ ਦੀ, ਜੇ ਪਖੰਡ ਖਿਲਾਫ਼ ਕਾਨੂੰਨ ਸਾਰੇ ਧਰਮਾਂ ਦੇ ਖਿਲਾਫ਼ ਹੈ, ਈਸਾਈਆਂ ਖਿਲਾਫ਼ ਕਿਉਂ ਨਹੀਂ ਹੈ? ਮੇਰਾ ਸਵਾਲ ਇਹੋ ਪ੍ਰਸ਼ਾਸਨ ਨੂੰ ਵੀ, ਪੱਤਰਕਾਰਾਂ ਨੂੰ ਵੀ ਹੈ। ਈਸਾਈ ਦੇ ਨਾਲ ਤੁਸੀਂ ਇੱਕ ਹੋਰ ਜ਼ਿਕਰ ਕਰ ਰਹੇ ਸੀ ਵੀ ਈਸਾਈ ਜੇਕਰ ਧਰਮ ਹੁੰਦੇ ਤਾਂ ਫਿਰ ਉਹ ਤਾਂ ਆਪਣੇ ਨਾਮ ਵਿੱਚ ਸਿੰਘ ਲਾਉਣਾ, ਢਾਉਣ, ਪੱਗ ਬੰਨਣੇ ਬੰਦ ਕਰਨ, ਔਰ ਜਿਹੜੇ ਬੈਨੀਫਿਟਸ ਲੈ ਰਹੇ ਨੇ SC OBC ਦੇ ਉਹ ਬੰਦ ਕਰਨ, ਉਹਨੂੰ ਤੁਸੀਂ ਕਿਵੇਂ ਫਿਰ ਅੱਗੇ ਲੈ ਕੇ ਜਾਓਗੇ, ਕਿਸੇ ਮਿਨਿਸਟਰੀ ਤੱਕ ਪਹੁੰਚ ਕਰੋਗੇ, ਪ੍ਰਸ਼ਾਸਨ ਤੱਕ ਪਹੁੰਚ ਕਰੋਗੇ, ਕਿਵੇਂ ਕਰੋਗੇ? ਦੇਖੋ ਹੋਮ ਮਿਨਿਸਟਰੀ ਤੱਕ ਸਾਡੀ ਈਮੇਲ ਜਾ ਚੁੱਕੀ ਹੈ ਨਾ, ਜਥੇਬੰਦੀਆਂ ਸਾਈਨ ਕਰਦੇ ਸੀਗੇ, ਉਹ 'ਚ ਸਾਡੀ ਸ਼ਰਤਾਂ ਸੀ ਵੀ ਇੱਕ ਤਾਂ ਸਾਡੀ ਪੱਗ ਹੈ, ਵੀ 125,000 'ਚ ਮੇਰਾ ਸਿੰਘ ਲੱਖਾਂ ਸਿੰਘ ਪਛਾਣਿਆ ਜਾਏਗਾ। ਹੁਣ ਕਿਵੇਂ ਪਛਾਣੋਗੇ ਵੀ ਪੱਗ ਥੱਲੇ ਕੌਣ ਹੈ? ਸਾਡੀ ਪਹਿਚਾਣ ਗਈ ਨਾ, ਸਾਨੂੰ ਵਾਪਸ ਚਾਹੀਦੀ ਹੈ। ਜੇ ਤੁਸੀਂ ਧਰਮ ਛੱਡਣਾ ਬੇਸ਼ੱਕ ਛੱਡੋ ਜੀ, ਸਦਕੇ ਛੱਡੋ, ਅਸੀਂ ਲੱਡੂ ਖਾਵਾਂਗੇ, ਪਰ ਓਨ ਪੇਪਰ ਛੱਡੋ। ਤੁਸੀਂ ਤੁਸੀਂ ਸਾਡੇ ਬੈਨੀਫਿਟ ਵੀ ਨਹੀਂ ਖਾ ਸਕਦੇ, ਅਤੇ ਉੱਧਰੋਂ ਈਸਾਈ ਨਹੀਂ, ਕਿਉਂਕਿ ਈਸਾਈ ਦੇ ਮਾਇਨੋਰਟੀ ਹੈ ਨਹੀਂ ਗਏ। ਜਦੋਂ ਇਹਦੇ ਉੱਤੇ ਕੰਮ ਸ਼ੁਰੂ ਹੋਏਗਾ ਨਾ, ਤਾਂ ਬਹੁਤ ਸਾਰੇ ਲੋਕ ਵਾਪਸ ਆਉਣਗੇ, ਔਰ ਇਹਨਾਂ ਨੂੰ ਆਉਣਾ ਪਏਗਾ, ਮਜਬੂਰੀ ਬਣ ਜਾਏਗੀ। ਇਸ ਵਾਸਤੇ ਟੀਮ ਖੜੀ ਕੀਤੀ ਹੈ, ਔਰ ਦੇਖੋ ਅੱਗੇ ਇੱਕ ਸੀ ਪੁਨੀਸਾ ਨਹੀਂ ਕਰਕੇ, ਉਹਨੇ ਬੜਾ ਰੌਲਾ ਪਾਇਆ ਸੀ, ਉਹਨੇ ਇਹਨਾਂ ਸ਼੍ਰੋਮਣੀ ਕਮੇਟੀ ਕੀ ਹੱਲ ਕੀਤਾ ਸੀ ਉਸ ਬੰਦੇ ਨੇ, ਬੋਲੀ ਸ਼੍ਰੋਮਣੀ ਕਮੇਟੀ, 42 ਸਬੂਤ ਲਾ ਕੇ 14 ਵਕੀਲਾਂ ਨੇ, ਜਦੋਂ ਉਹ ਕੇਸ ਹਾਈਕੋਰਟ 'ਚ ਪਾਇਆ ਨਾ, ਅਤੇ ਇੱਥੇ ਬੜਾ ਬੜਾ ਚੈਨਲ ਹੈ, ਉਹ ਮਾਫ਼ੀ ਮੰਗਦਾ ਫਿਰਦਾ ਹੁਣ ਵੀ ਦੁਬਾਰਾ ਅਸੀਂ ਉਹਨੂੰ ਔਨਲਾਈਨ ਨਹੀਂ ਲੈ ਕੇ ਆਵਾਂਗੇ।
ਹਰ ਚੀਜ਼ ਦਾ ਇੱਕ ਪ੍ਰੋਸੀਜਰ ਹੁੰਦਾ। ਜੇ ਤੁਹਾਡੇ ਕੋਲ ਕੋਰਟ ਹੈ, ਤੁਹਾਡੇ ਕੋਲ ਲਾਅ ਹੈ, ਤੁਸੀਂ ਉਹਨੂੰ ਫੋਲੋ ਕਿਉਂ ਨਹੀਂ ਕਰਦੇ, ਤੁਸੀਂ ਉਹਨੂੰ ਯੂਜ਼ ਕਿਉਂ ਨਹੀਂ ਕਰ ਰਹੇ? ਪਰ ਇਹ ਦਿੱਕਤ ਹੈ ਨਾ, ਜੇ ਤਾਂ ਮੈਂ ਇੱਕ ਕੇਸ ਖਤਮ ਕਰਤਾ ਤਾਂ ਮੈਂ ਹੁਣ ਫਿਰ ਮੈਂ ਕੀ ਕਰਾਂਗਾ? ਜਦ ਤੱਕ ਇੱਕ ਮੇਰੇ ਸਾਹਿਬ ਵੀ ਕੋਈ ਮੋਰਚਾ ਹੈ, ਹੁਣ ਮੈਂ ਜਿੰਨਾ ਸਟ੍ਰੈਚ ਕਰਾਂਗਾ ਉਨਾ ਚਿਰ ਮੈਨੂੰ ਪੈਸਾ ਆਉਂਦਾ ਰਹੇਗਾ। ਗੱਲ ਸਿਰਫ ਸਾਰੀ ਫੰਡਿੰਗ ਦੀ, ਹੋਰ ਕੋਈ ਇਸ਼ੂ ਨਹੀਂ ਹੈ। ਪੱਕਾ ਮੋਰਚਾ ਇੱਥੇ ਲਾ ਦੇਣਾ, ਫੋਕਸ ਸਾਰਾ ਇਹਦੇ 'ਤੇ ਰਹੂਗਾ, ਕੋਰਟ ਥਰੂ, ਕਚਹਿਰੀਆਂ ਥਰੂ ਚੱਲੋਗੇ, ਸਾਰਾ ਲਾਅ ਦੇ ਥਰੂ ਚੱਲੋਗੇ? ਬਿਲਕੁਲ ਬਿਲਕੁਲ, ਕੋਈ ਧਰਨਾ ਨਹੀਂ ਮਾਰਾਂਗੇ, ਕਿਸੇ ਦੇ ਵੱਟੇ ਨਹੀਂ ਮਾਰਾਂਗੇ, ਕਿਸੇ ਮਗਰ ਨਹੀਂ ਭੱਜਾਂਗੇ, ਪ੍ਰਚਾਰ ਕਰਾਂਗੇ ਗੁਰਮਤਿ ਦਾ, ਦੂਜੇ ਪਾਸੇ ਕੋਰਟ ਥਰੂ ਜਾਵਾਂਗੇ ਅਸੀਂ। ਤਿੰਨ ਹਫ਼ਤਿਆਂ ਦਾ ਟਾਈਮ ਦਿੱਤਾ ਕ੍ਰਿਸ਼ਨ? ਹਾਂ, ਤਿੰਨ ਹਫ਼ਤੇ ਹੈਗੇ ਨਾ ਕੋਲ, ਤਿੰਨ ਹਫ਼ਤਿਆਂ ਦੇ ਜਵਾਬ ਦੇ ਦੇ, ਨਹੀਂ ਦਿੰਦੇ ਫਿਰ ਅਗਲੀ ਕਾਰਵਾਈ ਸਾਡੀ। ਫਿਰ ਸਬੂਤ ਹੈਗੇ ਸਾਰੇ? ਸਾਰੇ ਹੈਗੇ ਨੇ। ਤਾਂ ਗੁਰਪ੍ਰੀਤ ਸਿੰਘ ਉਦਾਸੀ ਸੀ ਸਾਡੇ ਨਾਲ, ਲੰਮਾ ਸਮਾਂ ਜਿਹੜਾ ਹੈਗਾ ਹੁਣ ਅਮਰੀਕਾ ਰਹਿ ਰਹੇ ਨੇ, ਸੋ ਪੰਜਾਬ ਦੇ ਵਿੱਚ ਪਹੁੰਚਿਆ, ਜਿਹੜਾ ਖਾਸ ਤੌਰ ਦੇ ਉੱਪਰ ਪਖੰਡਵਾਦ ਹੈ ਪੰਜਾਬ ਭਰ ਦੇ ਵਿੱਚ, ਧਰਮ ਪਰਿਵਰਤਨ ਕਰਾਉਣਾ, ਔਰ ਖਾਸ ਗੱਲ ਇਹ ਹੈ ਵੀ ਮੁਰਦੇ ਨੂੰ ਜ਼ਿੰਦਾ ਕਰਨਾ ਔਰ ਜ਼ਖਮੀਆਂ ਨੂੰ ਠੀਕ ਕਰਨਾ, ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਗੁਰਪ੍ਰੀਤ ਸਿੰਘ ਉਦਾਸੀ ਜਿਹੜੇ ਨੇ ਪੰਜਾਬ ਪਹੁੰਚੇ, ਔਰ ਮੁੱਦਾ ਇਹੀ ਰੱਖਿਆ ਕਿ ਤਿੰਨ ਹਫ਼ਤਿਆਂ ਦਾ ਸਮਾਂ ਹੈ, ਜੇਕਰ ਸਾਡੀਆਂ ਤਿੰਨ ਸ਼ਰਤਾਂ ਮੰਨ ਲੈਣ ਤਾਂ ਠੀਕ ਹੈ, ਨਹੀਂ ਤਾਂ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ। ਕੈਮਰਾ ਪਰਸਨ ਅਨਿਲ ਦੇ ਨਾਲ ਮਨਜੋਤ ਸਿੰਘ ਕੰਗ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।